ਅੰਦਰ ਚਰਚਾ ਹੋਏਗੀ, ਮੈਂ ਬਾਹਰ ਕੀ ਦੱਸਿਆ ਇਹਦੇ ਬਾਰੇ, ਇਹਦੇ ਅੰਦਰ ਹੀ ਹੋਏਗੀ ਨਾ ਕੋਈ ਗੱਲ ਇਹਦੇ ਬਾਰੇ, ਜਿਹੜੇ ਕੈਨੇਡੀਅਨਸ ਬਾਰੇ ਕੋਈ ਹੋਰ ਕੋਈ ਗੱਲ ਹੈ ਤਾਂ ਦੱਸੋ। ਅਕਾਲੀ ਦਲ ਵੀ ਅੱਜ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕੋਈ ਫਾਇਦਾ ਹੋਊ ਅਕਾਲੀ ਦਲ? ਦੇਖੋ ਹਰ ਪੋਲੀਟੀਕਲ ਪਾਰਟੀ ਕੋਸ਼ਿਸ਼ ਕਰਦੀ ਹੈ, ਇਲੈਕਸ਼ਨਾਂ ਦਾ ਦੌਰ ਹੈ, ਪਾਰਲੀਮੈਂਟ ਇਲੈਕਸ਼ਨ ਆਉਣ ਵਾਲੀਆਂ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੀ ਆਪਣੀ ਗੱਲ ਰੱਖਣੀ ਹੈ। ਮੈਂ ਅੱਜ ਬੈਠ ਕੇ ਕਿਸੇ ਨੂੰ ਕ੍ਰਿਟੀਸਾਈਜ਼ ਕਰਾਂ ਉਹ ਵੀ ਠੀਕ ਨਹੀਂ ਲੱਗਦਾ। ਕੱਲ ਨੂੰ ਕਾਂਗਰਸ ਨੇ ਵੀ ਆਪਣੀ ਇਸ ਕਿਸਮ ਦੇ ਪ੍ਰੋਗਰਾਮ ਸ਼ੁਰੂ ਕਰਨੇ ਨੇ, ਲੋਕਾਂ ਦੇ ਵਿੱਚ ਜਾਣਾ ਸੀ। ਸੋ ਜਿਹੜੀ ਵੀ ਪੋਲੀਟੀਕਲ ਪਾਰਟੀ ਆਪਣੀ ਗੱਲ ਰੱਖਦੀ ਸਾਨੂੰ ਸੁਣਨੀ ਚਾਹੀਦੀ ਉਹਨਾਂ ਦੀ ਗੱਲ। ਮੈਂ ਉਹਦੇ ਬਾਰੇ ਕੋਈ ਟਿੱਪਣੀ ਇਸ ਕਿਸਮ ਦੀ ਨਹੀਂ ਕਰਨਾ ਚਾਹੁੰਦਾ। ਮੈਂ ਸਮਝਦਾ ਕਿ ਉਹਨਾਂ ਨੂੰ ਮੌਕਾ ਆਪਣੀ ਗੱਲ ਰੱਖਣ ਦਾ ਸਾਰੀਆਂ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਸਾਡਾ ਉੱਥੇ ਕੋਈ ਇਹਨਾਂ ਨਾਲ ਸਰੋਕਾਰ ਹੈ ਨਹੀਂ। ਪੰਜਾਬ ਕਾਂਗਰਸ ਦਾ ਜਿਹੜਾ ਚੰਡੀਗੜ੍ਹ ਦੀ ਇਲੈਕਸ਼ਨ ਹੈ ਉਹ ਤੇ ਲੋਕਲਾਈਜ਼ ਜਿਹੜਾ ਸਟੇਟ ਯੂਨਿਟ ਹੈ ਕਾਂਗਰਸ ਦਾ, ਤੇ ਆਪ ਦਾ ਇਹਨਾਂ ਦਾ ਸਮਝੌਤਾ ਸੀ ਕੋਈ ਸਾਡਾ ਸੂਬੇ ਦੀ ਜਿਹੜਾ ਪੰਜਾਬ ਦਾ ਯੂਨਿਟ ਹੈ ਸਾਡਾ ਕੋਈ ਇਸ ਗੱਲ ਨਾਲ ਸਰੋਕਾਰ ਨਹੀਂ। ਉੱਥੇ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਜਾਣਨ, ਸਾਡਾ ਤੇ ਪੰਜਾਬ ਦਾ ਜਿੱਥੋਂ ਤੱਕ ਹੈ ਅਸੀਂ ਆਪਣੀ ਕਲੈਰਿਟੀ ਤੁਹਾਨੂੰ ਪਹਿਲੇ ਵੀ ਦਿੱਤੀ ਹੈ, ਉਸ ਗੱਲ ਤੇ ਅਸੀਂ ਕਲੀਅਰ ਹਾਂ ਕਿ ਸਾਡਾ ਇਹਨਾਂ ਨਾਲ ਕੋਈ ਤਲਕ ਹੈ ਨਹੀਂ ਆਪ ਵਾਲਿਆਂ ਦਾ। ਦੇਸ਼ ਦਾ ਬਜਟ ਆ ਜਾ ਰਿਹਾ ਹੈ, ਕੀ ਉਮੀਦ ਹੈ, ਰੱਖਿਆ ਬਜਟ ਦੇ ਵਿੱਚ ਵਾਧਾ ਕੀਤਾ ਗਿਆ? ਰੱਖਿਆ ਦੇ ਬਜਟ ਦੇ ਵਿੱਚ ਵਾਧਾ ਕੀਤਾ ਬਹੁਤ ਚੰਗੀ ਗੱਲ, ਇਹ ਕਰਨਾ ਵੀ ਚਾਹੀਦਾ। ਪਰ ਦੂਜੇ ਪਾਸੇ ਜਿਹੜੀ ਚਾਈਨਾ ਦੀ ਇਨਸਕਰਸ਼ਨਸ ਨੇ ਲਦਾਖ ਦੇ ਵਿੱਚ, ਬਾਕੀ ਏਰੀਆਜ਼ ਦੇ ਵਿੱਚ, ਤੁਸੀਂ ਕੱਲ ਪਰਸੋਂ ਹੀ ਫੋਟੋਆਂ ਛਪੀਆਂ ਨੇ ਕਿ ਜਿਹੜੇ ਇੰਡੀਅਨ ਜਿਹੜੇ ਲੋਕਲਸ ਨੇ ਉੱਥੋਂ ਦੇ ਸ਼ੈਪਰਡਸ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਾਕਿਸਤਾਨ ਉਹਨਾਂ ਦੀ ਲਿਬਰੇਸ਼ਨ ਆਰਮੀ ਹੈ ਚਾਈਨਾ ਦੀ, ਉਹਨਾਂ ਨੇ ਉੱਥੇ ਆ ਕੇ ਰੋਕਿਆ। ਜਿਹੜੇ ਸਾਡੇ ਲੋਕਲ ਆਪਣੀਆਂ ਜਾਨਵਰਾਂ ਨੂੰ ਲੈ ਕੇ, ਭੇਡਾਂ ਨੂੰ ਲੈ ਕੇ ਗਰੇਜ਼ਿੰਗ ਕਰਨ ਵਾਸਤੇ ਬਾਹਰ ਨਿਕਲਦੇ ਨੇ, ਸੋ ਬਹੁਤ ਸਾਰਾ ਜਿਹੜੀ ਗੱਲ ਇੱਕ ਸਾਹਮਣੇ ਆ ਰਹੀ ਹੈ ਜਿਹਦੀ ਅਜੇ ਤੱਕ ਸੈਂਟਰ ਦੀ ਸਰਕਾਰ ਕਲੈਰਿਟੀ ਨਹੀਂ ਦੇ ਰਹੀ। ਈਵਨ ਮੈਂ ਬੀਜੇਪੀ ਦੇ ਖੁਦ ਦੇ ਮੈਂਬਰ ਆਫ ਪਾਰਲੀਮੈਂਟ ਸੁਬਰਮਨੀਅਮ ਸਵਾਮੀ ਨੂੰ ਸੁਣਿਆ, ਜਿਸਨੇ ਇਹ ਗੱਲ ਕਹੀ ਹੈ ਕਿ ਪਿਛਲੇ ਚੰਦ ਸਾਲਾਂ ਚ ਭਾਜਪਾ ਦੀ ਗਵਰਨਮੈਂਟ ਦੇ ਵਿਚ 4,000 ਸਕੁਏਅਰ ਕਿਲੋਮੀਟਰ ਜਿਹੜੇ ਹਿੰਦੁਸਤਾਨ ਦੇ ਨੇ ਉਹ ਚਾਈਨਾ ਨੇ ਟੇਕ ਓਵਰ ਕਰ ਲਏ ਨੇ। ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਕਲੈਰਿਟੀ ਦੇਣੀ ਚਾਹੀਦੀ ਹੈ, ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ। ਬਾਕੀ ਡਿਫੈਂਸ ਬਜਟ ਜਿਹੜਾ ਸਾਡਾ ਉਹਦੇ ਵਿੱਚ ਵਾਧਾ ਕੀਤਾ, ਚੰਗੀ ਗੱਲ ਹੈ, ਵਾਧਾ ਹੋਣਾ ਹੀ ਚਾਹੀਦਾ, ਬਿਕੋਜ਼ ਸਾਨੂੰ ਡਿਫੈਂਸ ਪ੍ਰਪੇਅਰਨੈਸ ਤੇ ਰੱਖਣੀ ਪਏਗੀ। ਮੈਂ ਪਾਰਲੀਮੈਂਟ ਚ ਰਿਹਾ ਜਦੋਂ ਅਸੀਂ ਸਟੱਡੀ ਕੀਤੀ ਕਿ ਜੇ ਫੁੱਲ ਫਲੈਜਡ ਵਾਰ ਪਾਕਿਸਤਾਨ ਨਾਲ ਹੋਏ ਤੇ ਸਾਡੇ ਕੋਲ ਕਿੰਨੇ ਦਿਨਾਂ ਦਾ ਐਮੂਨੇਸ਼ਨ ਹੈ। ਉੱਥੇ ਜਿਹੜੀ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਉਦੋਂ ਇਹ ਸੀ ਕਿ ਫੁੱਲ ਫਲੈਜਡ ਵਾਰ ਦੇ ਵਿੱਚ ਨਿਹਰਾ ਸਾਡੇ ਕੋਲ 10 ਦਿਨ ਦਾ ਵੈਪਨ ਹੈ ਗਵਰਨਮੈਂਟ ਆਫ ਇੰਡੀਆ ਦੀ ਡਿਫੈਂਸ ਮਿਨਿਸਟਰੀ ਦੇ ਕੋਲ। ਸੋ ਚਾਈਨਾ ਇਜ਼ ਅ ਮੱਚ ਬਿਗਰ ਪਾਰ, ਜ਼ਿਆਦਾ ਸਾਨੂੰ ਇਸ ਟਾਈਮ ਖਦਸ਼ਾ ਜਿਹੜਾ ਹਿੰਦੁਸਤਾਨ ਨੂੰ ਉਹ ਚਾਈਨਾ ਤੋਂ, ਕਿਉਂਕਿ ਪਾਕਿਸਤਾਨ ਤੇ ਇਹਨਾਂ ਦੀ ਇੱਕ ਬਿਲਕੁਲ ਇੱਕ ਛੋਟੀ ਜੀ ਕਾਲੋਨੀ ਬਣ ਕੇ ਇੱਕ ਲਾਏ ਬਣ ਕੇ ਰਹਿ ਗਿਆ। ਸੋ ਇਹਦੇ ਤੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜਿਹੜੀ ਹੈ ਕਿ ਇਹਦੇ ਤੇ ਕਲੈਰਿਟੀ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਚਾਹੀਦੀ ਹੈ। ਦੇਖੋ ਪਾਰਲੀਮੈਂਟ ਤੋਂ ਪਹਿਲੇ ਤੇ ਜਿੰਨੀਆਂ ਓਪੋਜੀਸ਼ਨ ਪਾਰਟੀਆਂ ਦੇ ਸੀਐਮ ਨੇ ਜਾਂ ਟਾਪ ਲੀਡਰਸ਼ਿਪ ਏ ਇਸ ਇੰਡੀਆ ਬਲਾਕ ਨੂੰ ਤੋੜਨ ਵਾਸਤੇ, ਇਹਨੂੰ ਕਮਜ਼ੋਰ ਕਰਨ ਵਾਸਤੇ, ਇਹਨੂੰ ਹਤਾਸ਼ਿਤ ਕਰਨ ਵਾਸਤੇ ਇਸ ਕਿਸਮ ਦੇ ਕੰਮ ਕੀਤੇ ਜਾ ਰਹੇ ਨੇ।
ਭਾਜਪਾ ਦੇ ਇੰਨੇ ਸਾਰੇ ਸੀਐਮ ਨੇ, ਇੰਨੇ ਮਿਨਿਸਟਰਸ ਦੇ ਖਿਲਾਫ ਵੱਡੇ ਤੋਂ ਵੱਡੇ ਚਾਰਜਸ ਲੱਗੇ ਨੇ, ਈਡੀ ਕੱਲੀ ਓਪੋਜੀਸ਼ਨ ਦੀ ਲੀਡਰਸ਼ਿਪ ਦੇ ਖਿਲਾਫ ਹੀ ਹੈ ਜੀ। ਤੁਸੀਂ ਵੇਖੋ ਹੁਣ ਅਰੈਸਟ ਝਾਰਖੰਡ ਦੇ ਸੀਐਮ ਨੂੰ ਹੁਣ ਕੀਤਾ ਉਹਦੀ ਨਿਕ ਆਫ ਪਾਰਲੀਮੈਂਟ ਇਲੈਕਸ਼ਨ, ਬਿਲਕੁਲ ਜੋ ਪਾਰਲੀਮੈਂਟ ਇਲੈਕਸ਼ਨ ਚੰਦ ਦਿਨਾਂ ਤੋਂ ਬਾਅਦ ਇਸ ਬਜਟ ਤੋਂ ਬਾਅਦ ਇਹਨਾਂ ਨੇ ਕਾਲ ਇਨ ਕਰ ਲੈਣੀ ਹੈ ਮੌਕੇ ਤੇ। ਇਹ ਇਸੇ ਗੱਲ ਕਰ ਨਹੀਂ ਕੀਤਾ ਜਾ ਰਿਹਾ ਕਿ ਜਾਂ ਸਾਡੇ ਨਾਲ ਆ ਜਾਓ, ਜੇ ਸਾਡੇ ਨਾਲ ਨਹੀਂ ਆਓਗੇ ਸਰਕਾਰਾਂ ਨਹੀਂ ਚੱਲਣ ਦਾਂਗੇ। ਸੋ ਮੈਂ ਸਮਝਣਾ ਡੈਮੋਕਰੇਸੀ ਵਾਸਤੇ, ਲੋਕ ਰਾਜ ਵਾਸਤੇ ਬਹੁਤ ਵੱਡਾ ਖਤਰਾ ਹੈ। ਇਹੀ ਗੱਲ ਕਾਂਗਰਸ ਦੇ ਪ੍ਰੈਜੀਡੈਂਟ ਜਿਹੜੇ ਨੇ ਖੜਗੇ ਸਾਹਿਬ ਨੇ ਚੰਦ ਦਿਨ ਪਹਿਲੇ ਕਹੀ ਕਿ ਜੇ ਗਵਰਨਮੈਂਟ 24 ਵਿੱਚ ਰਿਪੀਟ ਕਰਦੀ ਹੈ ਮੌਜੂਦਾ ਸਰਕਾਰ ਤੇ ਡੈਮੋਕਰੇਸੀ ਤੇ ਕੰਸਟੀਟਿਊਸ਼ਨ ਦਾ ਸਮਝ ਲਓ ਫਿਰ ਐਂਡ ਹੋਇਆ। ਦੇਖੋ ਅਸੀਂ ਤੇ ਪਹਿਲੇ ਹੱਥੋਂ ਹੀ ਇਹਨੂੰ ਕ੍ਰਿਟੀਸਾਈਜ਼ ਕਰ ਰਹੇ ਹਾਂ ਕਿ ਜੋ ਮੋਦੀ ਸਾਹਿਬ ਸੈਂਟਰ ਚ ਕਰ ਰਹੇ ਨੇ ਉਹੀ ਭਗਵੰਤ ਮਾਨ ਸੂਬੇ ਚ ਕਰ ਰਹੇ। ਉਹਨਾਂ ਕੋਲ 6-7 ਏਜੰਸੀਆਂ ਨੇ, ਉਹਦੀ ਵੱਧ ਦੁਰਵਰਤੋਂ ਕੀਤੀ ਜਾ ਰਹੀ। ਇਹਨਾਂ ਕੋਲ 2 ਏਜੰਸੀਆਂ ਨੇ, ਇੱਕ ਵਿਜੀਲੈਂਸ, ਇੱਕ ਇੱਥੇ ਪੰਜਾਬ ਪੁਲਿਸ। ਪੰਜਾਬ ਪੁਲਿਸ ਨੂੰ ਬਕਾਇਦਾ ਤੌਰ ਭਗਵੰਤ ਮਾਨ ਹੋਣਾ ਨੇ ਪ੍ਰਾਈਵੇਟ ਮਲੇਸ਼ੀਆ ਦਾ ਰੂਪ ਦੇ ਲਓ। ਜਿਹੜਾ ਮਰਜ਼ੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲਦਾ ਉਹ ਭਾਵੇਂ ਕੋਈ ਸੋਸ਼ਲ ਐਕਟਿਵਿਸਟ ਹੈ, ਭਾਵੇਂ ਤੁਹਾਡੇ ਕੇਬਲ ਨੈਟਵਰਕ ਵਾਲੇ ਨੇ, ਉਹਨਾਂ ਸਾਰਿਆਂ ਨੂੰ ਭੈਭੀਤ ਕੀਤਾ ਜਾ ਰਿਹਾ, ਝੂਠੇ ਕੇਸਿਸ ਦਾਇਰ ਕੀਤੇ ਜਾ ਰਹੇ ਨੇ। ਅਸੀਂ ਇਹਨੂੰ ਕੰਡੈਮ ਕਰਨਾ ਐਜ਼ ਮੇਨ ਓਪੋਜੀਸ਼ਨ ਪਾਰਟੀ। ਜਿਹੜਾ ਪਠਾਨ ਮਾਜਰੇ ਦਾ ਰੋਲ ਹੈ ਉੱਥੇ, ਕਿਉਂਕਿ ਪਠਾਨ ਮਾਜਰਾ ਨਜ਼ਦੀਕੀ ਦਾ ਰਿਸ਼ਤੇਦਾਰ ਭਗਵੰਤ ਮਾਨ ਜੀ ਦਾ ਦੱਸਿਆ ਗਿਆ, ਤੇ ਸਾਰੀ ਕੇਬਲ ਨੈਟਵਰਕ ਤੇ ਜਿਹੜਾ ਕਬਜ਼ਾ ਹੁਣ ਹੋ ਰਿਹਾ ਮੋਹਾਲੀ ਵਿੱਚ ਜਾਂ ਪਟਿਆਲੇ ਵਿੱਚ, ਇਹ ਬਕਾਇਦਾ ਤੌਰ ਸੀਐਮਓ ਦੇ ਵਿੱਚੋਂ ਸਪੋਰਟ ਹੈ। ਇਹ ਪਠਾਨ ਮਾਜਰਾ ਨਹੀਂ ਕਰ ਰਿਹਾ, ਸੀਐਮਓ ਚੋਂ ਸਪੋਰਟ ਹੋ ਰਹੀ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਬਰਾਬਰ ਦਾ ਇਹ ਜਿਹੜੀ ਤੁਹਾਡੀ ਹੈ ਇਹਨੂੰ ਜਿਹੜਾ ਪਹਿਲੇ ਇੱਥੇ ਚੱਲਦਾ ਹੋਇਆ ਕੇਬਲ ਨੈਟਵਰਕ ਇਹ ਪੈਰਲਲ ਨੈਟਵਰਕ ਆਪਣਾ ਕਾਬੂ ਕਰਨਾ ਚਾਹੁੰਦੇ ਨੇ। ਅਖਬਾਰਾਂ ਤੇ ਤੁਹਾਡੇ ਚੈਨਲਸ ਤੇ ਕਬਜ਼ਾ ਇਹਨਾਂ ਨੇ ਕਰ ਲਿਆ, ਹੁਣ ਜਿਹੜਾ ਬਾਕੀ ਦਾ ਰਹਿੰਦਾ ਕੰਮ ਹੈ ਉਹ ਵੀ ਜੋ ਮੋਦੀ ਸਾਹਿਬ ਦਿੱਲੀ ਚ ਕਰੀ ਜਾਂਦੇ ਨੇ ਸੈਂਟਰ ਚ ਕਰੀ ਜਾਂਦੇ, ਉਹ ਭਗਵੰਤ ਮਾਨ ਇੱਥੇ ਪੰਜਾਬ ਚ ਕਰੀ ਜਾਂਦਾ, ਫਰਕ ਇਹਨਾਂ ਦਾ ਕੋਈ ਨਹੀਂ। ਬਾਜਵਾ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਕਲੇਸ਼ ਉਹ ਕਿਉਂ ਨਜ਼ਰ ਆ ਰਿਹਾ ਹੈਗਾ, ਇੱਥੇ ਦੇਖਣ ਨੂੰ ਮਿਲਦਾ ਹੈ ਕਿ ਤੁਹਾਡੇ ਜਿਹੜੇ ਸਮਰਥਕ ਨੇ ਆਪਸ ਦੇ ਵਿੱਚ ਵੀ ਤੁਸੀਂ ਮੈਂ ਹੋ ਰਹੀ ਹੈ? ਦੇਖੋ ਗੱਲ ਇਸ ਤਰ੍ਹਾਂ, ਜੂਦੀਆਂ ਜਾਗਦੀਆਂ ਪਾਰਟੀਆਂ ਵਿੱਚ ਛੋਟੇ ਮੋਟੇ ਡਿਫਰੈਂਸਸ ਤੇ ਹਮੇਸ਼ਾ ਰਹੇ। ਜਿਹੜੀ ਪਾਰਟੀ ਜਿਉਂਦੀ ਹੋਏ ਉਹਦੇ ਵਰਕਰ ਦੇ ਵਿੱਚ ਹੀ ਕੋਈ ਗੱਲ ਹੁੰਦੀ ਹੈ, ਜਿਸ ਪਾਰਟੀ ਆਪ ਜਿਉਂਦੀ ਜਾਗਦੀ ਹੈ ਨੀ ਉਹਦੇ ਵਰਕਰ ਚ ਬੇਜਾਨ ਪਹਿਲੇ ਹੋਇਆ ਹੁੰਦਾ। ਤੋ ਛੋਟੇ ਮੋਟੇ ਡਿਫਰੈਂਸਸ ਹੈ ਨੇ, ਜਿਉਂਦੀਆਂ ਪਾਰਟੀਆਂ ਚ ਹੁੰਦੇ ਨੇ, ਕੋਈ ਮੇਜਰ ਡਿਫਰੈਂਸ ਹੈ ਨੀ। ਸਾਰੇ ਇਕੱਠੇ ਹੋ ਕੇ ਮੁੱਠੀ ਬੰਦ ਹੋ ਕੇ ਅਸੀਂ ਲੜਾਂਗੇ। ਮੈਂ ਤੁਹਾਨੂੰ ਯਕੀਨ ਦੇਖੋ ਜੋ ਉਹਨਾਂ ਨੂੰ ਜਾਣਕਾਰੀ ਉਹ ਪ੍ਰਧਾਨ ਨੇ ਪਾਰਟੀ ਦੇ, ਉਹਨਾਂ ਨੂੰ ਮੇਰੇ ਨਾਲ ਵੱਧ ਹੋਏ। ਮੈਂ ਕਾਂਗਰਸੀ ਲੈਜਿਸਲੇਟਿਵ ਪਾਰਟੀ ਦਾ ਹੈਡ ਹਾਂ, ਮੈਂ ਆਪਣੀ ਲੈਜਿਸਲੇਟਿਵ ਪਾਰਟੀ ਦੇ ਦਾਇਰੇ ਵੱਲ ਹੀ ਜ਼ਿਆਦਾ ਧਿਆਨ ਦੇਣਾ। ਪਾਰਟੀ ਵੱਲ ਰਾਜਾ ਵੜਿੰਗ ਜੀ ਜੋ ਦੱਸ ਰਹੇ ਨੇ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਇਲਮ ਹੋਏਗਾ ਮੈਨੂੰ ਇਸ ਦਾ। ਨਹੀਂ ਉਹ ਤਾਂ ਮੈਂ ਅੱਗੇ ਵੀ ਇਹ ਗੱਲ ਕਹੀ ਹੈ, ਜਿਸਮ ਦੇ ਵਿੱਚ ਜੇ ਕੋਈ ਗੈਂਗਰੀਨ ਹੁੰਦੀ ਹੈ, ਕਿਤੇ ਕੋਈ ਜ਼ਖਮ ਹੁੰਦਾ ਤਾਂ ਹਮੇਸ਼ਾ ਉਹਨੂੰ ਜਲਦੀ ਤੋਂ ਜਲਦੀ ਉਸ ਵੱਲ ਤਵੱਜੋ ਦੇਣੀ ਚਾਹੀਦੀ ਹੈ।